वर्क सिविल हॉस्पिटल फगवाड़ा। अज जरनैल भाजी होना ने सानू मतलब साडिया मुश्किलों देखते हुए, क्योंकि असी डोर टू डोर जाके सर्वे करते हैं, सब तो पहला पहली कतार विच आशा वर्कर खड़िया ने, तो सानू मतलब कि किटा मुहैया कराइया, यानी कि ग्लव्स मास्क तो सैनिटाइजर, असी उन्हों का बहुत बहुत धन्यवाद करते हैं। बाकी सरकार नाल साडी बहुत ज़्यादा ही मतलब कि जंग चलती पई है, बड़ा संघर्ष करते पे हाँ असी, पर सरकार दे कन ते जू नहीं रहिंदी पई, असी बहुत ज़्यादा परेशान हाँ। असी चाहते हाँ कि आशा वर्कर जिदा मतलब कि इन्नी मेहनत कर दी पई हैं, तो वो साडी कोई भी मदद नहीं करते पे। असी कहने कि सानू हरियाणा पैटर्न लागू किया जाए, तो जिहड़ा 750 रुपये पत्ता मतलब कि लगा हुआ डेली का, वह सानू भी आना चाहिए। ਕਿੰਨਾ ਅਸੀਂ ਲੜ ਰਹੇ ਹਾਂ, ਸਾਰੀ ਦੁਨੀਆ ਆਪਾਂ ਆਪਣੇ ਘਰ ਬੈਠੀ, ਔਰ ਆਸ਼ਾ ਵਰਕਰ ਨੂੰ ਕਿਹਾ ਗਿਆ ਕਿ 25 ਘਰ ਰੋਜ਼ ਦੇ ਕਰਨੇ ਆ, ਅਸੀਂ ਮੌਤ ਦੇ ਮੂੰਹ 'ਚ ਜਾ ਕੇ ਆਪਣਾ ਕੰਮ ਕਰਦੇ, ਡਿਊਟੀ ਨਿਭਾਉਂਦੇ, ਔਰ ਬਾਹਰ ਕੇਸ ਲੈ ਕੇ ਵੀ ਤਾਂ ਆ। ਆਹ ਦੇਖੋ ਕੁੜੀਆਂ ਸਾਰੀਆਂ ਜਿੱਦਾਂ ਆਉਂਦੀਆਂ ਹੋਸਪਿਟਲ, ਸਾਰੇ ਕੰਮ ਕਰ ਰਹੇ ਹਾਂ, ਪਰ ਸਾਨੂੰ ਹਰ ਵਾਰੀ ਅਣਦੇਖਿਆ ਕੀਤਾ ਗਿਆ। ਸਾਡੀ ਕੋਈ ਉਹਨਾਂ ਨੇ ਸਰਕਾਰ ਨੇ ਕੋਈ ਵੈਲਿਊ ਰੱਖੀ ਕਿ ਕੰਮ ਕਰਦੀਆਂ, ਸਾਡੀ ਮਿਹਨਤ ਦਾ ਸਾਨੂੰ ਫਲ ਚਾਹੀਦਾ ਆ, ਔਰ ਸਾਨੂੰ ਜੋ ਵੀ ਸਰਕਾਰ ਅਸੀਂ ਹੱਥਾਂ ਖੁੱਲ੍ਹਣੇ ਹਾਂ ਸਰਕਾਰ ਦੀਆਂ, ਵੀ ਸਾਨੂੰ ਵੇਖੋ ਅਸੀਂ ਵੀ ਮਿਹਨਤ ਕਰਦੇ ਹਾਂ, ਅਸੀਂ ਪੈਦਲ ਜਾ ਜਾ ਕੇ ਲੋਕਾਂ ਦੇ ਘਰਾਂ 'ਚ ਅਸੀਂ ਹਰ ਇੱਕ ਸੁਵਿਧਾ ਉਪਲਬਧ ਕਰਵਾਉਂਦੇ ਹਾਂ, ਅਤੇ ਸਾਡੀ ਗੌਰਮੈਂਟ ਨੂੰ ਸੁਣਨੀ ਚਾਹੀਦੀ ਹੈ, ਔਰ ਸਾਡੇ ਪੈਟਰਨ ਜਿਹੜਾ ਹਰਿਆਣੇ ਦਾ ਲਾਗੂ ਕਰਨਾ ਚਾਹੀਦਾ ਹੈ। ਧੰਨਵਾਦ। ਹਾਂਜੀ ਸਰ, ਇੱਕ ਮਿੰਟ। ਹਾਂਜੀ ਸਰ, ਅੱਜ ਅਸੀਂ ਸਿਵਲ ਹੋਸਪਿਟਲ ਫਗਵਾੜਾ, ਸਾਡੀਆਂ ਸਤਿਕਾਰਯੋਗ ਭੈਣਾਂ ਅਰਵਨ ਦੀਆਂ ਜਿਹੜੀਆਂ ਆਸ਼ਾ ਵਰਕਰ ਨੇ, ਇਹਨਾਂ ਨੂੰ ਮਾਸਕ, ਸੈਨੀਟਾਈਜ਼ਰ ਔਰ ਗਲਵਸ ਦਿੱਤੇ ਆ। ਜਿੱਥੇ ਅਸੀਂ ਅੱਜ ਇਹਨਾਂ ਨੂੰ ਮਾਸਕ, ਸੈਨੀਟਾਈਜ਼ਰ ਔਰ ਗਲਵਸ ਦਿੱਤੇ ਆ, ਉੱਥੇ ਸਭ ਤੋਂ ਵੱਡੀ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ ਅਸੀਂ ਅੱਜ ਤੋਂ 6 ਦਿਨ ਪਹਿਲਾਂ 7 ਦਿਨ ਪਹਿਲਾਂ ਇਹਨਾਂ ਭੈਣਾਂ ਵਾਸਤੇ ਇਹ ਮੁਹਿੰਮ ਸ਼ੁਰੂ ਕੀਤੀ ਸੀ, ਕਿਉਂਕਿ ਆਪਾਂ ਨੂੰ ਪਤਾ ਵੀ ਇਹ ਭੈਣਾਂ ਸਭ ਤੋਂ ਪਹਿਲਾਂ ਜਾ ਕੇ ਇਨਫੈਕਟਡ ਕੇਸ ਇਹਨਾਂ ਦੇ ਟੱਚ ਵਿੱਚ ਆਉਣਾ, ਇਹਨਾਂ ਨੇ ਘਰਾਂ ਦੇ ਸਰਵੇ ਕਰਨੇ ਆ, ਪਰ ਇਹਨਾਂ ਦੀ ਸਿਕਿਉਰਿਟੀ ਸੇਫਟੀ ਵਾਸਤੇ ਕੋਈ ਚੀਜ਼ ਨਹੀਂ, ਔਰ ਉਹਦੇ ਕਰਕੇ ਅਸੀਂ ਇਹਨਾਂ ਨੂੰ ਜਿਹੜੀ ਮੁਹਿੰਮ ਸ਼ੁਰੂ ਕੀਤੀ ਉਹਦਾ ਅਸਰ ਇਹ ਹੋਇਆ ਕਿ ਅੱਜ ਗੌਰਮੈਂਟ ਜਾਗੀ ਨੀਂਦ ਤੋਂ, ਔਰ ਉਹਨਾਂ ਨੇ ਇਹਨਾਂ ਨੂੰ ਸਮਾਨ ਭੇਜਣਾ ਸ਼ੁਰੂ ਕਰ ਦਿੱਤਾ। ਇਹ ਮੈਂ ਸਮਝਦਾ ਵੀ ਸਾਡੀ ਪ੍ਰਾਪਤੀ ਹੈਗੀ ਹੈ, ਔਰ ਉਹਨਾਂ ਨੂੰ ਮਿਲਿਆ ਸਮਾਨ, ਔਰ ਅੱਜ ਜਿੰਨੀਆਂ ਭੈਣਾਂ ਗੈਰ ਹਾਜ਼ਰ ਵੀ ਸੀਗੀਆਂ, ਅਸੀਂ ਕਿਹਾ ਸੀ ਵੀ ਕਿਉਂਕਿ ਸ਼ਹਿਰ ਦੇ ਵਿੱਚ ਹਾਲਾਤ ਜਿਹੜੇ ਆ ਉਹ ਨਾਜ਼ੁਕ ਬਣਦੇ ਜਾ ਰਹੇ ਆ। ਕੱਲ੍ਹ ਵੀ ਜਿਹੜਾ ਇੱਕ ਸਾਡੇ ਲਾਗੇ ਮੁਹੱਲਾ ਪਲਾਹੀ ਗੇਟ, ਉੱਥੋਂ ਇੱਕ ਜਿਹੜਾ ਹੈਗਾ ਪੋਜ਼ਿਟਿਵ ਕੇਸ ਨਿਕਲਿਆ ਸੀ, ਉਹਦੀ ਜਾਣਕਾਰੀ ਮਿਲੀ ਸੀ, ਮੁਹੱਲੇ ਫੀਲ ਹੋ ਗਿਆ ਇਹਨਾਂ ਭੈਣਾਂ ਦੀ ਡਿਊਟੀ ਸਖਤ ਹੋ ਗਈ ਆ, ਤੋਂ ਅਸੀਂ ਕਿਹਾ ਸੀ ਜਿਹੜੀਆਂ ਗੈਰ ਹਾਜ਼ਰ ਨਹੀਂ ਹੈਗੀਆਂ ਉਹਨਾਂ ਨੂੰ ਵੀ ਅੱਜ ਜਿਹੜਾ ਹੈਗਾ ਹੈ ਸੈਨੀਟਾਈਜ਼ਰ, ਮਾਸਕ ਔਰ ਗਲਵਸ ਜਿਹੜੇ ਹੈਗੇ ਆ ਉਹ ਦੇ ਦੇਣੇ ਹੈਗੇ ਆ, ਤੋਂ ਭੈਣਾਂ ਨੂੰ ਇਸ ਗੱਲ ਦਾ ਭਰੋਸਾ ਦਵਾਉਂਦੇ ਹਾਂ ਕਿ ਅਸੀਂ ਇਹਨਾਂ ਦੇ ਹੋਰ ਬਾਕੀ ਜਿਹੜੇ ਭੱਤੇ ਮਸਲੇ ਜੋ ਸਾਨੂੰ ਜਾਣਕਾਰੀ ਦੇ ਵਿੱਚ ਆਇਆ ਸੀ ਕਿ ਕੋਈ ਸੈਲਰੀ ਨਹੀਂ ਇਹਨਾਂ ਦੀ ਹੈਗੀ, ਸਿਰਫ ਕਮਿਸ਼ਨ ਬੇਸ 'ਤੇ ਇਹਨਾਂ ਕੋਲ ਕੰਮ ਲਿਆ ਜਾਂਦਾ, ਇਹਨਾਂ ਦੇ ਕੋਲ 5 ਰਜਿਸਟਰ ਦੇ ਵਾਸਤੇ 1500 ਰੁਪਇਆ, 300 ਰੁਪਇਆ ਪਰ ਰਜਿਸਟਰ ਇਹਨਾਂ ਨੂੰ ਦਿੱਤਾ ਜਾਂਦਾ। ਬਾਕੀ ਅੱਜ ਦੀ ਡੇਟ ਦੇ ਵਿੱਚ 25 ਘਰਾਂ ਦਾ ਸਰਵੇ ਕਰਨ ਦੀ ਇਹਨਾਂ ਦੀ ਡਿਊਟੀ, ਔਰ 25 ਘਰਾਂ ਦਾ ਸਰਵੇ 33 ਰੁਪਈਏ ਦਿਹਾੜੀ, ਮਤਲਬ 125 ਰੁਪਈਆ ਇੱਕ ਘਰ ਦੇ ਵਿੱਚ, ਜਿੱਥੇ ਲੱਖਾਂ ਰੁਪਈਆ ਤਨਖਾਹ ਲੈਣ ਵਾਲੇ ਡਾਕਟਰ ਜਿਹੜੇ ਆ ਉਹ ਪਿੱਛੇ ਖੜੇ ਆ, ਉੱਥੇ ਇਹ ਭੈਣਾਂ ਜਿਹੜੀਆਂ ਆ ਇਹ ਮੂਹਰੇ ਖੜੀਆਂ, ਉਹਨਾਂ ਤੱਕ ਕੇਸ ਦੀ ਜਾਣਕਾਰੀ ਉਦੋਂ ਮਿਲਣੀ ਜਦੋਂ ਇਹਨਾਂ ਨੇ ਜਾਣਕਾਰੀ ਦਿੱਤੀ, ਤੋਂ ਇਸ ਕਰਕੇ ਇਹਨਾਂ ਦੀ ਸੇਫਟੀ ਸਿਕਿਉਰਿਟੀ ਬਹੁਤ ਜ਼ਰੂਰੀ ਸੀ, ਲੇਕਿਨ ਇਹਨਾਂ ਭੈਣਾਂ ਦੀ ਸੇਫਟੀ ਸਿਕਿਉਰਿਟੀ ਵਾਸਤੇ ਸਰਕਾਰ ਨੇ, ਅਸੀਂ ਉਸ ਚੀਜ਼ ਨੂੰ CM ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਲਈ ਮੁੱਖ ਮੰਤਰੀ ਸਾਹਿਬ ਨੂੰ ਇੱਕ ਲਿਖਤੀ ਕੱਲ੍ਹ ਅਸੀਂ ਜਿਹੜਾ ਇਹਦਾ ਭੇਜਿਆ, ਪਰਸੋਂ ਲੈਟਰ ਭੇਜੀ ਹੈਗੀ ਆ ਸਾਡੇ ਸਤਿਕਾਰਯੋਗ ਸਰਦਾਰ ਸਿਮਰਜੀਤ ਸਿੰਘ ਬੈਂਸ ਜੀ ਨੇ, ਉਹਨਾਂ ਨੇ ਲਿਖਤੀ ਇੱਕ ਲੈਟਰ ਭੇਜ ਦਿੱਤੀ ਆ CM ਸਾਹਿਬ ਨੂੰ ਕਿ ਇਹਨਾਂ ਨੂੰ ਇੱਕ ਤਾਂ ਸੈਲਰੀ, ਦੂਸਰਾ ਇਹਨਾਂ ਦੇ ਜੋ ਸੇਫਟੀ ਵਾਸਤੇ ਪੂਰੀਆਂ ਚਾਹੇ ਉਹ PPE ਕਿੱਟਸ ਹੈਗੀਆਂ, ਚਾਹੇ ਕੋਈ ਹੋਰ ਸੇਫਟੀ ਦਾ ਸਮਾਨ ਉਹ ਵੀ ਮੁਹੱਈਆ ਕਰਵਾਇਆ ਜਾਵੇ, ਔਰ ਇਹਨਾਂ ਨੇ ਜਿੰਨੀ ਮਿਹਨਤ ਕਰ ਰਹੀਆਂ ਔਰ ਜਿੰਨੀ ਲਗਨ ਔਰ ਸ਼ਿੱਦਤ ਦੇ ਨਾਲ ਇਹ ਜਿਹੜਾ ਇਮਾਨਦਾਰੀ ਦੇ ਨਾਲ ਕੰਮ ਕਰ ਰਹੀਆਂ, ਤਾਂ ਇਹਨਾਂ ਦੀ ਸੈਲਰੀ ਜਿਹੜੀ ਆ ਉਹ ਮਾਨ ਸਨਮਾਨ ਯੋਗ ਹੋਵੇ, ਨਾ ਕਿ ਇਹਨਾਂ ਦਾ ਸ਼ੋਸ਼ਣ ਕੀਤਾ ਜਾਵੇ। ਤੋ ਇਸ ਲਈ ਅਸੀਂ ਭੈਣਾਂ ਨੂੰ ਭਰੋਸਾ ਦਿਵਾਉਂਦੇ, ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਦੀ ਵੀ ਜ਼ਰੂਰਤ ਹੋਈ ਉਹਦੇ ਲਈ ਅਸੀਂ ਤੁਹਾਡੇ ਨਾਲ ਖੜੇ ਹਾਂ। ਸਾਰੀਆਂ ਭੈਣਾਂ ਦਾ ਧੰਨਵਾਦ।